ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਪ੍ਰੀਤ ਸਿੰਘ, ਡਾਇਰੈਕਟਰ IIT ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਿਡ। ਅੱਜ ਸਾਡੇ ਆਫਿਸ ਲਈ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ, ਕਿਉਂਕਿ ਅੱਜ ਜਿਸ ਬੱਚੇ ਦਾ ਵੀਜ਼ਾ ਆਇਆ ਉਹ ਸਾਡੇ ਬਹੁਤ ਕਲੋਜ਼ ਫੈਮਿਲੀ ਕਹਿ ਲਓ ਸਾਡੇ ਟੀਚਰ ਸੀਗੇ, ਮਿਸਟਰ ਮਹਿੰਦਰਪਾਲ ਪੁੰਜ ਗਰਾਇਆਂ ਤੋਂ। ਅੱਜ ਉਹਨਾਂ ਦੀ ਬੇਟੀ ਪ੍ਰਿਆ ਪੁੰਜ ਦਾ ਵੀਜ਼ਾ ਆਇਆ, ਔਰ ਮਹਿੰਦਰਪਾਲ ਪੁੰਜ ਜੀ ਦਾ 3 ਸਾਲ ਪਹਿਲਾਂ ਡੈਥ ਹੋ ਗਈ ਸੀਗੀ, ਔਰ ਉਹਨਾਂ ਦਾ ਵੱਡਾ ਲੜਕਾ ਲਕਸ਼ਿਤ ਪੁੰਜ ਨੂੰ ਵੀ ਅਸੀਂ ਨਿਊਜ਼ੀਲੈਂਡ ਭੇਜਿਆ ਸੀ। ਅੱਜ ਪ੍ਰਿਆ ਪੁੰਜ ਜੋ ਉਹਨਾਂ ਦੀ ਬੇਟੀ ਹੈ, ਉਹਨਾਂ ਦਾ ਵੀਜ਼ਾ ਆਇਆ ਨਿਊਜ਼ੀਲੈਂਡ ਦਾ, ਔਰ ਅਸੀਂ ਸਾਰੇ ਖੁਸ਼ ਹਾਂ ਬਹੁਤ ਜ਼ਿਆਦਾ ਕਿ ਅੱਜ ਇਹ ਬੇਟੀ ਵੀ ਨਿਊਜ਼ੀਲੈਂਡ ਜਾ ਰਹੀ ਹੈ, ਔਰ ਪਰਮਾਤਮਾ ਔਰ ਮਹਿੰਦਰਪਾਲ ਜੀ ਵੀ ਅੱਜ ਉਹ ਦੇਖਦੇ ਹੋਣਗੇ ਉੱਧਰ ਬੈਠ ਕੇ, ਚਲੋ ਅੱਜ ਦੋਨੋਂ ਬੱਚੇ ਸਾਡੇ ਸੈੱਟ ਆ ਫੋਰਨ ਦੇ ਵਿੱਚ। ਸੋ ਅੱਜ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਇਸ ਬੱਚੀ ਦੀ ਅਚੀਵਮੈਂਟ ਅਸੀਂ ਦੱਸਣਾ ਚਾਹੁੰਦੇ ਹਾਂ। ਬੱਚੀ ਨੇ ਗ੍ਰੈਜੂਏਸ਼ਨ ਕੀਤੀ ਹੈ ਔਰ ਨਾਲ BEd ਕੀਤੀ ਹੈ, ਔਰ ਨੌਰਥ ਟੈਕ ਕਾਲਜ ਦੇ ਵਿੱਚ ਇਹ ਕੁੜੀ ਜਾ ਰਹੀ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਪੜ੍ਹਨ ਲਈ, ਔਰ Level 7 ਗ੍ਰੈਜੂਏਟ ਬਿਜ਼ਨਸ ਇਨਫੋਰਮੇਸ਼ਨ ਸਿਸਟਮ Level 7 ਕੋਰਸ ਕਰਨ ਜਾ ਰਹੀ ਹੈ। ਇਸ ਕੋਰਸ ਤੋਂ ਬਾਅਦ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ, ਕਿਉਂਕਿ ਸ਼ੀ ਵਿਲ ਗੈਟ ਅ 3-year ਵਰਕ ਪਰਮਿਟ, ਔਰ ਜਿਹੜੇ ਜੋਬ ਰਿਕੁਆਇਰਮੈਂਟਸ ਹੈਗੀਆਂ ਜਾਂ ਜੋਬ ਪਰਮਿਟਸ ਹੈਗੇ ਉਹ ਜ਼ਰੂਰ ਅਵੇਲੇਬਲ ਹੈ ਇਸ ਕੋਰਸ ਤੋਂ ਬਾਅਦ। ਸੋ ਆਓ ਵਿਊਵਰਸ, ਅਸੀਂ ਪੁੱਛਦੇ ਹਾਂ ਪ੍ਰਿਆ ਪੁੰਜ ਤੋਂ ਵੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਸਾਡੀ ਕੰਪਨੀ ਦੇ ਨਾਲ। ਸੋ ਪ੍ਰਿਆ ਬੇਟਾ ਬਤਾਓ ਕਿ ਕੈਸਾ ਐਕਸਪੀਰੀਅੰਸ ਰਿਹਾ ਸਾਡੀ? ਸਰ ਐਕਸਪੀਰੀਅੰਸ ਬਹੁਤ ਵਧੀਆ ਸੀ, ਮੈਂ ਥੈਂਕ ਯੂ ਸੋ ਮਚ ਕਹਿਣਾ ਚਾਹੂੰਗੀ। ਸਾਰੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਇੱਥੇ ਹੀ ਆਓ ਅਤੇ ਆਪਣੀ ਐਟਲੀਸਟ ਕੰਸਲਟ ਕਰੋ ਆਪਣੀ ਫਾਈਲ ਦੇ ਬਾਰੇ। ਥੈਂਕ ਯੂ ਬੇਟਾ, ਥੈਂਕ ਯੂ। ਸੋ ਵੀਵਰ, ਤੁਸੀਂ ਦੇਖਿਆ ਬੇਟੀ ਅੱਜ ਬਹੁਤ ਖੁਸ਼ ਹੈ, ਔਰ ਅੱਜ ਅਸੀਂ ਸਾਰੇ ਮਿਸ ਕਰ ਰਹੇ ਹਾਂ ਇਹਦੇ ਫਾਦਰ ਨੂੰ, ਅਤੇ ਮੈਂ ਦੁਆ ਕਰਦਾ ਕਿ ਇਹ ਬੇਟੀ ਦਾ ਫਿਊਚਰ ਬਹੁਤ ਅੱਛਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ, ਔਰ ਮੈਂ ਬਹੁਤ ਬਹੁਤ ਅਗੇਨ ਕੋਂਗਰੈਟਸ ਕਰਦਾ। ਥੈਂਕਸ ਫੋਰ ਵੀਵਰਸ, ਥੈਂਕ ਯੂ ਜੀ।